किसान दोस्तों, वाह खेती दे विच एक बारी फिर थोड़ा स्वागत है जी। डेराबसी खेतीबाड़ी विभाग दे विच है जी। मैं अज इत्थे कणक दा सबसिडी वाला नवा बीज आया जी, इहदी होर पूरी जानकारी लई असीं तुहानूं मिलाउने आ। डॉक्टर हरसरजीत सिंह हैगे जी इत्थे, ते खेती अफसर मुख हैगे जी। डॉक्टर साहब थोड़ा चानना पाओ जी, दसो इहदे बारे डिटेल की कुछ हैगा जी इत्थे। साडे कोले अजे कल तो शुरू हो गया साडे कोले जिहड़ा सीड है कणक दा सबसिडी वाला आउणा। इहदी जिहड़ी कल साडे कोले इक गड्डी आई है 250 बैग आया है, HD 3086 वधिया वरायटी है। ये 3750 रुपए क्वांटल जिहड़ा इहदा रेट है, इहदे चों 1000 रुपया सबसिडी है। किसान नूं सबसिडी कट के असीं जिहड़ा ये सीड है जिहड़ा मुहैया करा रहे हैं। इस तों बाद इहदी लगातारता विच ही साडे कोले जिहड़ा सीड है 1105 है, 187 है, वह वरायटियां का भी सीड है जिहड़ा साडे कोले आऊगा। इस तों बाद 550 जिहड़ी साडी PVW 550 वह लेट हालतां दे विच भी बीती जांदी है, उहदा भी इहदों बाद साडे कोले जिहड़ा वह बीज है ਉਹ ਪਹੁੰਚ ਰਿਹਾ। ਡਾਕਟਰ ਸਾਹਿਬ ਹੋਰ ਕੀ ਤੁਸੀਂ ਸਲਾਹ ਕੀ ਦੇਣਾ ਚਾਹੁੰਦੇ ਹੋ ਇੱਥੇ ਆਪਣੇ ਕਿਸਾਨਾਂ ਨੂੰ ਕਿ ਇਸ ਬੀਜ ਨੂੰ ਹੋਰ ਆਪਾਂ ਕਿਸੇ ਹੋਰ ਇਹਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਕਿਸ ਤਰ੍ਹਾਂ ਇਹਦੀ ਖੇਤੀ ਆਪਾਂ ਕਰ ਸਕਦੇ ਜਾਂ ਇਹਨੂੰ ਬੀਜ ਕਿਵੇਂ ਸਰਦੇ ਹਾਂ? ਸਰ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਐਤਕੀ ਮਗਲੇ ਸਾਲ ਕਿਉਂਕਿ ਕਣਕ ਦਾ ਜਿਹੜਾ ਦਾਣਾ ਸੀ ਬਹੁਤ ਬਰੀਕ ਰਹਿ ਗਿਆ ਸੀਗਾ, ਉਹਦੇ ਕਰਕੇ ਐਤਕੀ ਜਿਹੜੀ ਸੀਡ ਪ੍ਰੋਡਕਸ਼ਨ ਆ ਬਹੁਤ ਘੱਟ ਹੋਈ ਆ, ਘੱਟ ਅਵੇਲੇਬਲ ਸੀਡ ਹੋਊਗਾ। ਸਾਡੇ ਜ਼ਿਲ੍ਹੇ ਨੂੰ ਵੀ 3200 ਕੁਇੰਟਲ ਜਿਹੜਾ ਟੋਟਲ ਜ਼ਿਲ੍ਹੇ ਨੂੰ ਅਲਾਟ ਹੋਇਆ, ਜਿਹੜਾ ਕਿ ਕਿਸਾਨਾਂ ਦੀ ਮੰਗ ਦੇ ਹਿਸਾਬ ਨਾਲ ਬਹੁਤ ਘੱਟ ਹੈ। ਪਰੰਤੂ ਜਿਹੜਾ ਸੀਡ ਹੈ ਪ੍ਰਾਈਵੇਟ ਡੀਲਰਾਂ ਕੋਲ ਵੀ, ਜਿਹੜਾ ਸੀਡ ਗੌਰਮੈਂਟ ਏਜੰਸੀਆਂ ਦਾ ਆਊਗਾ, ਅਸੀਂ ਉਹਨਾਂ ਕਿਸਾਨਾਂ ਨੂੰ ਵੀ ਉਹਨਾਂ ਨੂੰ ਪਰਮਿਟ ਦੇਵਾਂਗੇ। ਉਹ ਕਿਸਾਨ ਉਹਨਾਂ ਡੀਲਰਾਂ ਤੋਂ ਵੀ NSE, FCO, NFL ਵਗੈਰਾ ਜਿੰਨੀਆਂ ਸਾਡੀਆਂ ਇਹ ਏਜੰਸੀਆਂ ਹੈ, ਸਰਕਾਰੀ ਅਰਧ ਸਰਕਾਰੀ ਏਜੰਸੀਆਂ, ਉਹਨਾਂ ਦਾ ਸੀਡ ਹੈ ਉਹ ਪ੍ਰਾਈਵੇਟ ਡੀਲਰਾਂ ਤੋਂ ਵੀ ਲੈ ਲੈਣ। ਇਸ ਤੋਂ ਇਲਾਵਾ ਅਸੀਂ ਕਿਸਾਨ ਵੀਰਾਂ ਨੂੰ ਹੁਣ ਜਿਵੇਂ ਜਿਵੇਂ ਸਾਡੇ ਕੋਲ ਆ ਰਹੇ ਆ, ਅਸੀਂ ਉਹਨਾਂ ਨੂੰ ਸਲਾਹ ਦਿੰਦੇ ਹਾਂ ਵੀ ਇੱਕ ਤਾਂ ਜਿਹੜਾ ਕਣਕ ਦਾ ਬੀਜ ਹੈ, ਜਿਵੇਂ ਆਪਣੀ ਧਰਤੀ ਦੇ ਵਿੱਚ ਜਿਹੜੇ ਬੈਕਟੀਰੀਆ ਜੀਵਾਣੂ ਹੈ ਉਹਨਾਂ ਦੀ ਬਹੁਤ ਘਾਟ ਹੋ ਗਈ ਹੈ, ਜਿਹਦੇ ਕਰਕੇ ਉਹ ਪ੍ਰੋਪਰ ਜਿਹੜੇ ਹੈ ਉਹ ਸਹੀ ਜਿਹੜੇ ਤੱਤ ਹੈ ਉਹ ਲੈ ਨਹੀਂ ਸਕਦੀ ਕਣਕ। ਉਹਦੇ ਵਾਸਤੇ ਅਸੀਂ ਇੱਕ ਜੀਵਾਣੂ ਸਾਡੇ ਕੋਲ ਖਾਦ ਹੈ ਕਣਕ ਦੀ, ਉਹਨੂੰ ਅਸੀਂ ਕੰਸ਼ੋਰਸ਼ੀਅਮ ਕਹਿੰਦੇ ਹਾਂ, ਉਹ ਵੀ ਜਿਹੜੇ ਕਿਸਾਨਾਂ ਨੂੰ ਅਸੀਂ ਟ੍ਰਾਇਲ ਬੇਸ 'ਤੇ ਐਤਕੀ ਇੱਕ ਇੱਕ ਏਕੜ ਦਾ ਜਿਹੜਾ ਪੈਕਟ ਹੈ ਉਹ ਦੇ ਰਹੇ ਹਾਂ, ਜਿਹੜਾ ਕਿਸਾਨ ਚਾਹਵਾਨ ਹੋਊਗਾ ਵੀ ਉਹ ਇਹਨੂੰ ਲਾ ਕੇ ਬੀਜ ਦੂਗਾ। ਦੂਜਾ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਵੀ ਸਾਡੀ ਮੁਹਿੰਮ ਸੀ ਐਤਕੀ ਮੇਰੀ, ਈਵਨ ਜਦੋਂ ਮੈਂ ਪਰਾਲੀ ਨੂੰ ਸਾੜਨ ਸੰਬੰਧੀ ਕੈਂਪ ਲਾਏ ਹੈ ਉਹਦੇ 'ਤੇ ਮੈਂ ਬੜੀ ਬੇਨਤੀ ਕਰਦਾ ਸੀ ਵੀ ਆਪਾਂ ਖਾਸ ਕਰਕੇ ਇਹ ਬਲਾਕ ਪਤਾ ਨਹੀਂ ਕਿਉਂ ਇੰਨਾ ਪਿੱਛੇ ਹੈ, ਬਹੁਤ ਕਿਸਾਨ ਹੈ ਜਿਹੜੇ ਬੀਜ ਨੂੰ ਸੋਧ ਕੇ ਨਹੀਂ ਬੀਜਦੇ। ਮੇਰੀ ਐਤਕੀ ਉਹਨਾਂ ਅੱਗੇ ਹੱਥ ਬੰਨ ਕੇ ਹੀ ਬੇਨਤੀ ਹੈ ਵੀ ਵੇਖੋ ਜਿਹੜੀਆਂ 90-95% ਬਿਮਾਰੀਆਂ ਦਾ ਇਲਾਜ ਹੈ ਜਿਹੜਾ ਆਪਾਂ ਉਹ ਬੀਜ ਦੀ ਸੋਧ ਕਰਕੇ ਹੀ ਕਰ ਲੈਂਦੇ ਹਾਂ। ਉਸ ਤੋਂ ਬਾਅਦ ਇਲਾਜ ਆ ਜਿਹੜਾ ਬਹੁਤ ਮਹਿੰਗਾ ਹੁੰਦਾ ਜਾਂ ਬਿਮਾਰੀ ਜਦੋਂ ਲੱਗ ਜੇ ਹੁੰਦੀ ਨਹੀਂ। ਇਵੇਂ ਹੀ ਆਪਣੇ ਆਪਾਂ ਵੀ ਇਨਸਾਨ ਵੀ ਜੇ ਆਪਾਂ ਪਹਿਲਾਂ ਟੀਕਾ ਲਵਾ ਲਈਏ ਕਿਸੇ ਬਿਮਾਰੀ ਦਾ ਤੇ ਦੇਖੋ ਉਹਦਾ ਇਲਾਜ ਹੈਗਾ, ਤੇ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਬਿਮਾਰੀ ਕੋਈ ਲੱਗ ਜਾਂਦੀ ਹੈ ਤੇ ਉਹਦਾ ਇਲਾਜ ਬੜਾ ਮਹਿੰਗਾ ਹੁੰਦਾ ਜਾਂ ਹੁੰਦਾ ਨਹੀਂ। ਇਵੇਂ ਹੀ ਜਿਹੜੇ ਇਹ ਹੈ ਕਣਕ ਦਾ ਬੀਜ ਹੈ ਇਹਨੂੰ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਵੀ ਇਹਦੇ ਵਾਸਤੇ ਰੈਕਸਲ ਈਜ਼ੀ ਦਵਾਈ ਹੈ ਜਿਹੜੀ ਹੈਗੀ ਹੈ, ਵਿਟਾਵੈਕਸ ਪਾਵਰ ਹੈ, ਇਹ ਵਧੀਆ ਦਵਾਈਆਂ ਦੋਈਆਂ, ਇਹਨਾਂ ਨਾਲ ਤੁਸੀਂ ਸੋਧ ਕੇ ਕਣਕ ਨੂੰ ਬੀਜੋ। ਇਹਨਾਂ ਬਾਰੇ ਜੇ ਸਾਡੇ ਤੋਂ ਡਿਟੇਲ 'ਚ ਲੈਣੀ ਹੈ ਸਾਡੇ ਤੋਂ, ਜਦੋਂ ਕਣਕ ਦਾ ਬੀਜ ਲਓ ਜਾਂ ਬਾਹਰੋਂ ਲਓ ਜਾਂ ਕਣਕ ਬੀਜੋ, ਤੇ ਤੁਹਾਨੂੰ ਬੇਨਤੀ ਹੈ ਵੀ ਬਿਨਾਂ ਸੋਧ ਤੋਂ ਬੀਜ ਇਹ ਕਣਕ ਨਾ ਬੀਜੋ, ਆਪਾਂ ਤਾਂ ਹੀ ਬਿਮਾਰੀਆਂ ਤੋਂ ਰਹਿਤ ਹੋ ਸਕਾਂਗੇ। ਦੂਜੀ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਉਹ ਜਿਹੜੀ ਬਾਹਰੋਂ ਬਾਹਰ ਜਿਹੜੀ ਹੈ 29-67 ਤੇ 222 ਵਰਾਇਟੀਆਂ ਦੋ ਉਹ ਸਾਡੇ ਇੱਥੇ ਬੀਜ ਰਹੇ, ਕਿਉਂਕਿ ਆਪਣਾ ਜਿਹੜਾ ਇਹ ਇਲਾਕਾ ਨੀਮ ਪਹਾੜੀ ਇਲਾਕਾ, ਇੱਥੇ ਬਿਮਾਰੀ ਸਭ ਤੋਂ ਵੱਧ ਦੂਜੇ ਪੰਜਾਬ ਤੋਂ ਵੱਧ ਬਿਮਾਰੀ ਹੈ ਉਹ ਜਿਹੜੀ ਨੀਮ ਪਹਾੜੀ ਇਲਾਕਾ, ਇੱਥੇ ਮੋਇਸਚਰ ਵੱਧ ਰਹਿੰਦੀ ਹੈ, ਇਹ ਜਿਹੜੀ ਪੀਲੀ ਕੁੰਗੀ ਦਾ ਹਮਲਾ ਇੱਥੇ ਵੱਧ ਹੁੰਦਾ ਕਿਉਂਕਿ ਆਪਾਂ ਪਹਾੜਾਂ ਦੀਆਂ ਜੜ੍ਹਾਂ 'ਚ ਹੈ, ਪੀਲੀ ਕੁੰਗੀ ਦੇ ਜਿਹੜੇ ਹੈਗੇ ਆ ਜਵਾਣੂ ਉੱਥੇ ਪਲ ਰਹੇ ਆ, ਅਤੇ ਉਸ ਤੋਂ ਬਾਅਦ ਜਿਹੜਾ ਉਹ ਆਪਣੀ ਇੱਥੇ ਫਸਲਾਂ 'ਤੇ ਅਟੈਕ ਕਰਦਾ ਕਣਕ 'ਤੇ। ਸਭ ਤੋਂ ਜਿਹੜੀ ਜ਼ਿਆਦਾ ਪ੍ਰੋਨ ਵਰਾਇਟੀ ਹੈ ਉਹ ਹੈਗੀ ਹੈ 3967 ਅਤੇ 222, ਇਹਨਾਂ ਕਿਸਮਾਂ 'ਤੇ ਉਹ ਪਹਿਲਾਂ ਆਉਂਦਾ। ਕੋਈ ਬੜਬੜ ਵੀ ਕਿਸਾਨ ਬੀਜਦੇ ਆ, ਇਹ ਜਿਹੜੀਆਂ ਵਰਾਇਟੀਆਂ ਆਪਣੇ ਇਸ ਕੰਢੀ ਖੇਤਰ ਲਈ ਨਹੀਂ, ਇਸ ਲਈ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਆਪਾਂ ਇਹਨਾਂ ਵਰਾਇਟੀਆਂ ਤੋਂ ਗਰੇਜ ਕਰੀਏ। ਆਪਣਾ ਝੋਨੇ ਵਾਰੀ ਬਹੁਤ ਪਹਿਲਾਂ ਨੁਕਸਾਨ ਹੋ ਗਿਆ ਸਵਿਫਟ ਗੋਲਡ ਅਤੇ ਜਿਹੜੀ ਆਪਾਂ ਦੂਜੀਆਂ 61 ਵਗੈਰਾ ਕਿਸਮਾਂ ਬੀਜੀਆਂ ਉਹਦੇ ਕਰਕੇ ਝੋਨੇ ਨੂੰ ਵੇਖੋ ਕਿੰਨਾ ਨੁਕਸਾਨ ਹੋਇਆ, ਦੂਜੀਆਂ ਕਿਸਮਾਂ ਨੂੰ ਵੀ ਉਹ ਵਾਇਰਸ ਨੇ ਅਟੈਚ ਕੀਤਾ। ਇਵੇਂ ਹੀ ਇਹ ਵਾਇਰਸ ਪੀਲੀ ਕੁੰਗੀ ਆ ਪਹਿਲਾਂ 2967 'ਤੇ ਆਉਂਦੀ ਹੈ, 222 'ਤੇ ਆਉਂਦੀ ਹੈ, ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਦੂਜੀਆਂ ਵਰਾਇਟੀਆਂ ਰੈਜ਼ਿਸਟੈਂਟ ਵਰਾਇਟੀਆਂ ਉਹਨਾਂ 'ਤੇ ਵੀ ਇਹ ਅਟੈਕ ਕਰਦੀ, ਆਪਾਂ ਇਹਨਾਂ ਵਰਾਇਟੀਆਂ ਤੋਂ ਗਰੇਜ ਕਰੀਏ।
डॉक्टर साहब जानकारी देने लई थोड़ा बहुत बहुत धन्यवाद। बहुत बहुत मेहरबानी।